ਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਹੈਡਲਾਈਨਸ ਦੇ ਨਾਲ ਮੈਂ ਪੁਨੀਤ ਕੌਰ। ਅੱਜ ਦੀਆਂ ਖਾਸ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਪੇਸ਼ ਹੈ ਅੱਜ ਦਾ ਖਾਲਸ ਵਿਚਾਰ। ਕੱਲ ਜੋ ਹੋਇਆ ਉਸ ਨੂੰ ਭੁੱਲ ਕੇ ਅੱਜ ਤੋਂ ਨਵੀਂ ਸ਼ੁਰੂਆਤ ਕਰੋ, ਕਿਉਂਕਿ ਸਾਡੇ ਕੋਲ ਅੱਜ ਜੋ ਸਮਾਂ ਉਸ ਨਾਲ ਅਸੀਂ ਇਤਿਹਾਸ ਬਦਲ ਸਕਦੇ ਹਾਂ। ਹੁਣ ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਅੱਜ ਸ਼ੁਰੂ ਹੋਵੇਗਾ ਪਾਰਲੀਮੈਂਟ ਦਾ ਸਰਦ ਰੁੱਤ ਇਜਲਾਸ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿੱਲ ਪੇਸ਼ ਕਰਨਗੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ। ਭਾਰਤ ਅਤੇ ਦੁਨੀਆ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਿਲੇ ਵੇਰੀਐਂਟ ਓਮੀਕ੍ਰੋਨ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ। ਓਮੀਕ੍ਰੋਨ ਤੋਂ ਬਚਣ ਲਈ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸੂਬਿਆਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ। ਕੋਰੋਨਾ ਨਿਯਮਾਂ ਦੀ ਪਾਲਣਾ ਅਤੇ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੀ ਤਾਜ਼ਾ ਸਥਿਤੀ ਬਾਰੇ ਕੀਤੀ ਉੱਚ ਪੱਧਰੀ ਬੈਠਕ। ਚੌਕਸੀ ਵਧਾਉਣ ਦਾ ਦਿੱਤਾ ਸੱਦਾ। ਸਾਰੇ ਵਿਦੇਸ਼ੀ ਮੁਸਾਫਰਾਂ ਦੀ ਸਖ਼ਤ ਜਾਂਚ ਅਤੇ ਟੈਸਟਿੰਗ ਦੇ ਦਿੱਤੇ ਹੁਕਮ। ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ ਨੇ ਇੱਕ ਆਰਡੀਨੈਂਸ ਜਾਰੀ ਕਰਕੇ 7 ਦੇਸ਼ਾਂ ਲਈ ਸਫ਼ਰੀ ਪਾਬੰਦੀਆਂ ਕੀਤੀਆਂ ਜਾਰੀ। ਭਾਰਤ ਲਈ ਰਾਹਤ। ਦੱਖਣੀ ਅਫਰੀਕਾ ਤੋਂ ਕਰਨਾਟਕ ਆਏ 2 ਕੋਰੋਨਾ ਪੀੜਤਾਂ ਨੂੰ ਨਹੀਂ ਹੈ ਓਮੀਕ੍ਰੋਨ। ਓਡੀਸ਼ਾ ਚ ਸਰਕਾਰੀ ਸਕੂਲ ਦੀਆਂ 25 ਵਿਦਿਆਰਥਣਾਂ ਆਈਆਂ ਕੋਰੋਨਾ ਪੋਜ਼ਿਟਿਵ। ਇਜ਼ਰਾਈਲ ਨੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮੱਦੇਨਜ਼ਰ ਸੈਲਾਨੀਆਂ ਲਈ ਆਪਣੇ ਸਾਰੇ ਬਾਰਡਰ ਕੀਤੇ ਬੰਦ। ਸੰਸਦ ਦੇ ਸਰਦ ਰੁੱਤ ਸੈਸ਼ਨ ਚ ਪੇਸ਼ ਹੋਣਗੇ ਬਿਜਲੀ, ਪੈਨਸ਼ਨ ਤੇ ਵਿੱਤੀ ਸੁਧਾਰਾਂ ਸਣੇ 30 ਬਿੱਲ। ਅੱਜ ਸੈਸ਼ਨ ਦੇ ਪਹਿਲੇ ਦਿਨ ਲੋਕ ਸਭਾ ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਪੇਸ਼ ਕਰਨਗੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸੰਬੰਧੀ ਬਿੱਲ। ਸਰਬ ਪਾਰਟੀ ਮੀਟਿੰਗ ਵਿੱਚ ਵਿਰੋਧੀ ਧਿਰਾਂ ਨੇ ਸੰਸਦ 'ਚ ਪੈਗਾਸਸ, ਮਹਿੰਗਾਈ, ਬੇਰੁਜ਼ਗਾਰੀ ਤੇ BS ਮਾਮਲਿਆਂ ਤੇ ਚਰਚਾ ਦੀ ਕੀਤੀ ਮੰਗ। ਪੰਜਾਬ ਸਰਕਾਰ ਨੇ ਪੁਲਿਸ ਮਹਿਕਮੇ ਨੂੰ ਰਿਟਾਇਰ ਹੋਣ ਤੋਂ ਬਾਅਦ ਦੁਬਾਰਾ ਵਿਭਾਗ 'ਚ ਰੱਖੇ ਗਏ ਰਿਟਾਇਰਡ ਅਫਸਰਾਂ ਤੇ ਕਰਮਚਾਰੀਆਂ ਦੀ ਪੰਜਾਬ ਪੁਲਿਸ 'ਚੋਂ ਤੁਰੰਤ ਛੁੱਟੀ ਕਰਨ ਦੇ ਜਾਰੀ ਕੀਤੇ ਹੁਕਮ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ STF ਰਿਪੋਰਟ ਸੰਬੰਧੀ ਟਵੀਟ ਕਰਕੇ ਘੇਰੀ ਆਪਣੀ ਸਰਕਾਰ। ਰਿਪੋਰਟ ਤੇ ਤੁਰੰਤ ਕਾਰਵਾਈ ਕਰਨ ਦੀ ਕੀਤੀ ਮੰਗ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਸ਼ਿਆਂ ਦੇ ਮਾਮਲੇ ਦੀ ਜਾਂਚ ਲਈ 3 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਕੀਤਾ ਗਠਨ। ਕਮੇਟੀ ਨਸ਼ਿਆਂ ਦੇ ਕੇਸ ਦੀ ਜਾਂਚ ਵਿੱਚ ਦੇਰੀ ਹੋਣ ਬਾਰੇ ਕਰੇਗੀ ਜਾਂਚ। ਕਿਸਾਨੀ ਅੰਦੋਲਨ ਦੇ ਹੱਕ 'ਚ ਲੰਡਨ 'ਚ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਲੋਕਾਂ ਨੇ ਕੀਤਾ ਪ੍ਰਦਰਸ਼ਨ। ਕਿਸਾਨਾਂ ਦੀ ਜਿੱਤ ਦੀ ਕੀਤੀ ਕਾਮਨਾ। ਕੈਨੇਡੀਅਨ ਪਾਰਲੀਮੈਂਟ 'ਚ ਗੂੰਜਿਆ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ, ਵੱਜੀਆਂ ਤਾੜੀਆਂ। ਕੈਲਗਰੀ ਫੋਰੈਸਟ ਲੋਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਜਸਰਾਜ ਸਿੰਘ ਹੱਲ ਨੇ ਪਾਰਲੀਮੈਂਟ ਸੈਸ਼ਨ ਦੌਰਾਨ ਭਾਰਤੀ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ 'ਤੇ ਮਿਲੀ ਜਿੱਤ ਦਾ ਕੀਤਾ ਸੀ ਜ਼ਿਕਰ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਸਭ ਤੋਂ ਵਧੀਆ 250 ਸਰਕਾਰੀ ਸਕੂਲਾਂ ਦੀ ਸੂਚੀ ਕੀਤੀ ਜਾਰੀ। ਸਿੱਖਿਆ ਮਾਡਲ ਤੇ ਪ੍ਰਗਟ ਸਿੰਘ ਨੂੰ ਦਿੱਤੀ ਬਹਿਸ ਕਰਨ ਦੀ ਚੁਣੌਤੀ। ਫਾਜ਼ਿਲਕਾ ਦੀ ਮੰਡੀ 'ਚ ਨਰਮਾ ਵੇਚਣ ਆਏ ਕਿਸਾਨਾਂ ਨੇ ਬੰਦ ਕਰਵਾਈ ਬੋਲੀ। CCL ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਕੀਤੀਆਂ ਸਨ ਟੀਚਰਾਂ। ਨਰਮੇ ਦਾ ਮੁੱਲ ਦੱਸਿਆ ਮਹਿਜ 7000 ਰੁਪਏ। ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚ ਹੋਏ ਕਥਿਤ ਘਪਲੇ 'ਚ DSGMC ਅਤੇ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ਼ ਦਰਜ ਹੋਈ FIR। ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਕਰੇਗੀ ਜਾਂਚ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਵਿਧਾਨ ਸਭਾ ਚੋਣਾਂ ਲਈ 4 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਮਾਇਣ, ਮਹਾਭਾਰਤ ਅਤੇ ਸ੍ਰੀਮਦ ਭਗਵਦ ਗੀਤਾ ਦੇ 3 ਮਹਾਂਕਾਵਿਆਂ 'ਤੇ ਇੱਕ ਵਿਸ਼ੇਸ਼ ਖੋਜ ਕੇਂਦਰ ਸਥਾਪਿਤ ਕਰਨ ਦਾ ਕੀਤਾ ਐਲਾਨ। UP ਅਧਿਆਪਕ ਯੋਗਤਾ ਪ੍ਰੀਖਿਆ ਦਾ ਪਰਚਾ ਲੀਕ। ਸਰਕਾਰ ਨੇ ਟੈਸਟ ਕੀਤਾ ਮੁਲਤਵੀ। ਪੇਪਰ ਲੀਕ ਕਰਨ ਦੇ ਮਾਮਲੇ 'ਚ ਪੁਲਿਸ ਨੇ 26 ਵਿਅਕਤੀਆਂ ਨੂੰ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਕੀਤਾ ਗ੍ਰਿਫ਼ਤਾਰ। ਭਾਰਤ ਸਟਾਰਟਅਪ ਖੇਤਰ 'ਚ ਦੁਨੀਆ ਦੀ ਕਰ ਰਿਹਾ ਅਗਵਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਪ੍ਰੋਗਰਾਮ ਮਨ ਕੀ ਬਾਤ ਵਿੱਚ ਕੀਤਾ ਦਾਅਵਾ। ਝਾਰਖੰਡ ਪੁਲਿਸ ਨੇ ਕਸ਼ਮੀਰੀ ਫੇਰੀ ਵਾਲਿਆਂ ਨੂੰ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣ ਲਈ ਮਜਬੂਰ ਕਰਨ ਤੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ। ਕਾਂਗਰਸ ਦੇ ਲੀਡਰ ਅਧੀਰ ਰੰਜਨ ਚੌਧਰੀ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਸੰਸਦੀ ਪ੍ਰੈਸ ਗੈਲਰੀ ਵਿੱਚ ਮੀਡੀਆ ਵਾਲਿਆਂ ਦੇ ਦਾਖਲੇ ਤੇ ਪਾਬੰਦੀਆਂ ਨੂੰ ਘੱਟ ਕਰਨ ਦੀ ਕੀਤੀ ਮੰਗ। BC ਸਰਕਾਰ ਨੇ ਲੋਅਰ ਮੇਨਲੈਂਡ ਵਿੱਚ ਆਏ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਫੌਰੀ ਕਦਮ ਉਠਾਏ। ਆਉਂਦੇ ਦਿਨਾਂ 'ਚ ਆਮ ਵਰਗੇ ਹੋ ਜਾਣਗੇ ਹਾਲਾਤ। ਸਰੀ ਫਲੀਟਵੁੱਡ ਤੋਂ MLA ਅਤੇ NDP ਕੌਕਸ ਦੇ ਚੇਅਰਮੈਨ ਜਗਰੂਪ ਸਿੰਘ ਬਰਾੜ ਨੇ ਕੀਤਾ ਦਾਅਵਾ।
ਹੈਲੈਸ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।